ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਆ ਸਾਰਿਆਂ ਦਾ? ਮੈਂ ਡਾਕਟਰ ਬਲਜਿੰਦਰ ਸਿੰਘ, ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ, GHG ਖਾਲਸਾ ਕਾਲਜ, ਗੁਰਸਰ ਸਧਾਰ। ਅਤੇ ਤੁਹਾਡੇ ਕਾਲਜ GHG ਖਾਲਸਾ ਕਾਲਜ ਆਫ ਐਜੂਕੇਸ਼ਨ ਦਾ ਮੈਂ ਅਲੂਮਨੀ ਵੀ ਹਾਂ। 2001 ਦੇ ਵਿੱਚ ਮੈਂ ਇੱਥੋਂ ਆਪਣੀ B.Ed ਦੀ ਪੜ੍ਹਾਈ ਪੂਰੀ ਕੀਤੀ। ਅਤੇ ਮੈਂ ਸਿਲੇਬਸ ਬਾਰੇ ਮੈਂ ਤੁਹਾਨੂੰ ਬਰੀਫ ਇੰਟਰੋਡਕਸ਼ਨ ਦੇ ਰਿਹਾ ਵੀ ਐਕਚੁਅਲ ਸਿਲੇਬਸ ਹੈ ਤੁਹਾਡਾ ਕੀ ਆ। ਵੀ ਤੁਹਾਡਾ ਸਾਰਾ ਜੋ ਸਿਲੇਬਸ ਮੈਂ ਦੇਖ ਰਿਹਾ ਵੀ ਇਹ 50 ਨੰਬਰਾਂ ਦਾ ਟੋਟਲ ਸਿਲੇਬਸ ਹੈ, ਪਰ ਆਪਾਂ ਇਹਦੇ 'ਚ ਜੇ ਅੱਗੇ ਗੱਲ ਕਰੀਏ ਤਾਂ ਇਹ ਸਿਰਫ 50 ਨੰਬਰ ਹੀ ਨਹੀਂ, ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਅੱਜ ਅਜੋਕੇ ਸਮੇਂ ਦੀ ਜ਼ਰੂਰਤ ਵੀ ਹੈ, ਨੀਡ ਵੀ ਹੈ। ਤੁਹਾਨੂੰ ਜਿਵੇਂ ਪਤਾ ਵੀ ਪੂਰੀ ਦੁਨੀਆ ਦੇ ਵਿੱਚ COVID-19 ਮਹਾਂਮਾਰੀ ਨੇ ਆਪਣਾ ਹੜਕੰਪ ਮਚਾਇਆ ਹੋਇਆ ਹੈ। ਇਸ ਦੇ ਇਬਸ 'ਚ ਸਾਨੂੰ ਅਤੇ ਸਾਡੀ ਸੁਸਾਇਟੀ ਨੂੰ, ਬੀਇੰਗ ਏ ਟੀਚਰ, ਇਟ ਇਜ਼ ਅਵਰ ਮੋਰਲ ਰਿਸਪੋਂਸੀਬਿਲਟੀ ਟੂ ਨੋ ਅਬਾਊਟ ਦੀ ਹੈਲਥ, ਬੇਸਿਕ ਹੈਲਥ, ਯੂ ਨੋ, ਐਜੂਕੇਸ਼ਨ ਐਂਡ ਹੈਲਥ ਬੈਨੀਫਿਟਸ, ਤਾਂ ਕਿ ਅਸੀਂ ਇਹ ਸਮਾਜ ਨੂੰ ਇੱਕ ਟੋਰਚ ਬੀਅਰ ਦੇ ਤੌਰ 'ਤੇ ਜਾਗਰੂਕ ਕਰ ਸਕੀਏ। ਸਰਕਾਰਾਂ ਆਪਣੀ ਤਰਫ ਤੋਂ ਜ਼ੋਰ ਲਾ ਰਹੀਆਂ ਨੇ, ਬਟ ਜੋ ਬੇਸਿਕ ਹੈਲਥ ਦੀ ਜਾਣਕਾਰੀ ਹੈ ਉਹਦੇ ਬਾਰੇ, ਸਾਨੂੰ ਫਿਟਨੈਸ ਦੀ ਜਾਣਕਾਰੀ ਉਹ ਹੋਣੀ ਜ਼ਰੂਰੀ ਹੈ। ਇਹੀ ਚੀਜ਼ਾਂ ਸਾਰੇ ਸਿਲੇਬਸ ਦੇ ਵਿੱਚ ਕਵਰ ਕੀਤੀਆਂ ਗਈਆਂ ਨੇ। ਤੁਹਾਡਾ ਸਿਲੇਬਸ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ, Unit 1, Unit 2, Unit 3 ਐਂਡ Unit 4। ਇਹਨਾਂ ਬਾਰੇ ਆਪਾਂ ਹੁਣ ਡਿਟੇਲ ਦੇ ਵਿੱਚ ਚਰਚਾ ਕਰਾਂਗੇ। Unit 1 ਦੇ ਵਿੱਚ ਤੁਹਾਡਾ ਹੈ ਕੰਸੈਪਟ, ਏਮ ਐਂਡ ਓਬਜੈਕਟਿਵਸ ਅਬਾਊਟ ਹੈਲਥ ਐਜੂਕੇਸ਼ਨ ਐਂਡ ਫਿਜ਼ੀਕਲ ਐਜੂਕੇਸ਼ਨ। ਦੇਖੋ, ਹੈਲਥ ਐਜੂਕੇਸ਼ਨ ਐਂਡ ਫਿਜ਼ੀਕਲ ਐਜੂਕੇਸ਼ਨ ਇੱਕ ਦੂਸਰੇ ਦੇ ਪੂਰਕ ਹਨ, ਕੰਟੈਂਪਰੇਰੀ ਹਨ, ਇਹ ਨਾਲ ਨਾਲ ਚੱਲਦੇ ਹਨ। ਹੈਲਥ ਐਜੂਕੇਸ਼ਨ ਦੇ ਵਿੱਚ ਅਸੀਂ ਜਾਣਦੇ ਹਾਂ ਆਪਣੀ ਸਿਹਤ ਬਾਰੇ, ਅਤੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਾਣਦੇ ਹਾਂ ਵੀ ਅਸੀਂ ਆਪਣੇ ਸਰੀਰ ਦੀ ਜਿੰਨੇ ਵੀ ਸਿਸਟਮ ਹਨ, ਜਿੰਨੇ ਆਪਾਂ ਸਰੀਰਕ ਤੌਰ 'ਤੇ ਜੋ ਐਕਸਰਸਾਈਜ਼ ਹਨ, ਜੋ ਸਪੋਰਟਸ ਦੀਆਂ ਬੈਨੀਫਿਟਸ ਹਨ ਆਪਣੇ, ਉਹ ਸਾਰਿਆਂ ਬਾਰੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਅਸੀਂ ਸਾਰਾ ਜਾਣਦੇ ਹਾਂ। ਤਾਂ ਇਹਦੇ ਜਿਹੜੇ ਆ ਦੋਨਾਂ ਦੇ, ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਦੇ ਏਮਸ ਐਂਡ ਓਬਜੈਕਟਿਵਸ, ਇੰਪੋਰਟੈਂਸ ਐਂਡ ਪ੍ਰਿੰਸੀਪਲਸ ਅਸੀਂ ਕਰਾਂਗੇ। ਅਤੇ ਨਾਲ ਹੀ ਇਹਨਾਂ ਨੇ ਇਹਦੇ ਵਿੱਚ ਦਿੱਤਾ ਹੋਇਆ ਵੀ ਇੰਪੋਰਟੈਂਸ ਆਫ ਫਿਜ਼ੀਕਲ ਐਜੂਕੇਸ਼ਨ ਇਨ ਸਕੂਲ ਕਰੀਕੁਲਮ। ਤੋ ਸਕੂਲ ਕਰੀਕੁਲਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਡੈਟ ਸਾਊਂਡ ਮਾਇੰਡ ਲਿਵਸ ਇਨ ਸਾਊਂਡ ਬਾਡੀ, ਯੂ ਨੋ। ਅਤੇ ਸਾਊਂਡ ਮਾਇੰਡ ਦਾ ਅਸੀਂ ਤਾਂ ਹੀ ਇਹ ਕੰਸੈਪਟ ਰੱਖ ਸਕਦੇ ਹਾਂ ਜੇ ਸਾਡਾ ਜਿਹੜਾ ਸਰੀਰ ਆ ਉਹ ਤੰਦਰੁਸਤ ਹੋਊਗਾ। ਤਾਂ ਉਹਦੇ 'ਚ ਇਹਦੇ ਜਿਹੜੇ ਸਕੂਲ ਹੈਲਥ ਪ੍ਰੋਗਰਾਮ ਆ ਜੋ ਤੁਸੀਂ ਦੇਖ ਰਹੇ ਹੋ, WHO ਦੀ ਗਾਈਡਲਾਈਨ ਜਾਰੀ ਹੁੰਦੀਆਂ ਨੇ, ਜਾਂ ਮੈਡੀਕਲ ਜੋ ਏਜੰਸੀਜ਼, ਡਿਫਰੈਂਟ ਮੈਡੀਕਲ ਏਜੰਸੀਜ਼ ਨੇ, ਗਵਰਨਮੈਂਟ ਆਫ ਇੰਡੀਆ ਦੀਆਂ, ਪੰਜਾਬ ਗਵਰਨਮੈਂਟ ਦੀਆਂ, ਉਹ ਜੋ ਵੀ ਆਪਣੀਆਂ ਰਿਕਮੈਂਡੇਸ਼ਨਸ ਦਿੰਦੀਆਂ ਨੇ ਉਸ ਨੂੰ ਦੇਖਦੇ ਹੋਏ ਇਹ ਜਿਹੜਾ ਸਿਲੇਬਸ ਬਣਾਇਆ ਜਾਂਦਾ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਦਾ, ਜੋ ਬੇਸਿਕ ਕੰਸੈਪਟ ਆਪਾਂ ਸਕੂਲ ਹੈਲਥ ਦੇ ਵਿੱਚ ਲਾਗੂ ਕਰ ਸਕੀਏ। ਤਾਂ ਉਹਦੇ ਬਾਰੇ ਹੀ ਸਾਰਾ ਦੱਸਿਆ ਗਿਆ ਵੀ ਉਹਦੀਆਂ ਹੈਲਥ ਸਰਵਿਸਿਸ ਕੀ ਨੇ, ਹੈਲਥ ਸੁਪਰਵਿਜ਼ਨ, ਹੈਲਥ ਇੰਸਟਰਕਸ਼ਨਸ ਕੀ ਹੋਣੀਆਂ ਚਾਹੀਦੀਆਂ, ਉਹ ਡਿਟੇਲ ਦੇ ਵਿੱਚ ਇਹਦੇ ਵਿੱਚ ਦੱਸਿਆ ਗਿਆ। ਅਤੇ Unit 2 ਜਿਹੜਾ ਤੁਹਾਡਾ ਆ ਜਾਂਦਾ, ਦੈਟ ਇਜ਼ ਯੂਅਰ ਨਿਊਟ੍ਰੀਸ਼ਨ, ਹੈਲਥ ਪ੍ਰੋਬਲਮਸ ਐਂਡ ਡਿਜ਼ੀਜ਼। ਸਾਡਾ ਜੋ ਦੇਸ਼ ਹੈ, ਥਰਡ ਵਰਲਡ ਕੰਟਰੀ ਹੈ, ਤੁਹਾਨੂੰ ਪਤਾ ਹੀ ਹੈ, ਡਿਵੈਲਪਿੰਗ ਕੰਟਰੀ ਆ। ਇਹਦੇ ਵਿੱਚ ਜੋ ਨਿਊਟ੍ਰੀਸ਼ਨ ਦੀ ਅੱਜ ਕੱਲ੍ਹ ਪ੍ਰੋਬਲਮ ਹੈ, ਖਾਣੇ ਦੀ ਜੋ ਪ੍ਰੋਬਲਮ ਹੈ ਉਹ ਬਹੁਤ ਜ਼ਿਆਦਾ ਹੈ। ਜੇ ਖਾਣਾ ਕਿਸੇ ਨੂੰ ਮਿਲਦਾ ਵੀ ਹੈ ਤਾਂ ਵੀ ਕਾਂਟ ਸੇ ਡੈਟ ਹੀ ਇਜ਼ ਟੇਕਿੰਗ ਬੈਲੈਂਸ, ਹੀ ਔਰ ਸ਼ੀ ਕੈਨ ਇਜ਼ ਟੇਕਿੰਗ ਬੈਲੈਂਸ ਡਾਇਟ, ਯੂ ਨੋ। ਬੈਲੈਂਸ ਡਾਇਟ ਦੇ ਲਈ ਜੋ ਮਾਪਦੰਡ ਹੁੰਦੇ ਹਨ ਉਹਨਾਂ ਬਾਰੇ ਅਸੀਂ ਇਹਦੇ ਵਿੱਚ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਨਿਊਟ੍ਰੀਸ਼ਨ ਕੀ ਚੀਜ਼ ਹੈ, ਫੰਕਸ਼ਨ ਆਫ ਫੂਡ, ਫੰਕਸ਼ਨ ਆਫ ਹੈਬਿਟਸ, ਐਲੀਮੈਂਟਸ ਆਫ ਬੈਲੈਂਸ ਡਾਇਟ ਐਂਡ ਮਾਲ ਨਿਊਟ੍ਰੀਸ਼ਨ, ਮਤਲਬ ਖਾਣੇ ਦੇ ਵਿੱਚ ਆਪਣੇ ਕਿਹੜੇ ਕਿਹੜੇ ਵਿਟਾਮਿਨਸ ਨੇ, ਮਿਨਰਲਸ ਨੇ, ਕਿਹੜੇ ਕਿਹੜੇ ਤੱਤ ਹਨ, ਉਹਨਾਂ ਦੇ ਬਾਰੇ ਡਿਟੇਲ 'ਚ ਆਪਾਂ ਚਰਚਾ ਕਰਾਂਗੇ। ਅਤੇ ਬੈਲੈਂਸ ਡਾਇਟ ਕਿਵੇਂ ਆ, ਅਤੇ ਅਸੀਂ ਇਸ ਬੈਲੈਂਸ ਡਾਇਟ ਨੂੰ ਕਿਵੇਂ ਇੱਕ ਉਹਦਾ ਸ਼ਡਿਊਲ ਬਣਾ ਸਕਦੇ ਹਾਂ, ਕਿਵੇਂ ਲੈ ਸਕਦੇ ਹਾਂ, ਉਹਦੇ ਬਾਰੇ ਡਿਟੇਲ ਦੇ ਵਿੱਚ ਇਹਦੇ ਵਿੱਚ ਦਿੱਤਾ ਗਿਆ ਹੈ। ਨੈਕਸਟ ਤੁਹਾਡਾ ਇਹਦੇ 'ਚ ਹੈ ਮਾਲ ਨਿਊਟ੍ਰੀਸ਼ਨ। ਮਾਲ ਨਿਊਟ੍ਰੀਸ਼ਨ ਇਟ ਇਜ਼ ਅ ਗਲੋਬਲ ਪ੍ਰੋਬਲਮ, ਮਤਲਬ ਜਿੰਨੇ ਤੁਸੀਂ ਦੇਖੋ ਅੰਡਰ ਡਿਵੈਲਪ ਕੰਟਰੀਜ਼ ਨੇ, ਅਫਰੀਕਨ ਕੰਟਰੀਜ਼ ਨੇ, ਜਾਂ ਡਿਵੈਲਪਿੰਗ ਕੰਟਰੀਜ਼ ਆ, ਠੀਕ ਹੈ ਨਾ, ਸਾਊਥ ਏਸ਼ੀਅਨ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਇਹ ਮਾਲ ਨਿਊਟ੍ਰੀਸ਼ਨ ਦੀ ਪ੍ਰੋਬਲਮ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ। ਅਨੀਮੀਆ ਵਰਗੇ ਰੋਗ ਜਿਹੜੇ ਨੇ ਇਸ ਕਰਕੇ
ਹੋ ਜਾਂਦੇ ਨੇ ਤੇ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਇਹਦੇ ਚ ਪੜਾਂਗੇ। ਨੈਕਸਟ ਜਿਹੜਾ ਤੁਹਾਡਾ ਆ ਰਿਹਾ ਹੈ ਇਹਦੇ ਵਿੱਚ ਕੰਟੈਂਪਰੇਰੀ ਹੈਲਥ ਪ੍ਰੋਬਲਮਸ ਐਂਡ ਪ੍ਰੀਵੈਂਸ਼ਨ ਡਰੱਗ ਅਬਿਊਜ਼ ਐਲਕੋਹਲਿਜ਼ਮ ਸਮੋਕਿੰਗ ਓਬੈਸਿਟੀ ਸਟ੍ਰੈਸ ਐਂਡ ਡਿਪਰੈਸ਼ਨ ਜਿੰਨੇ ਆਪਣੇ ਸੋਸ਼ਲ ਜਿਹੜੀਆਂ ਕੌਜ਼ਿਸ ਨੇ ਡਰੱਗ ਅਬਿਊਜ਼ ਕਰਕੇ ਐਲਕੋਹਲ ਕਰਕੇ ਸਮੋਕਿੰਗ ਕਰਕੇ ਉਹਦੇ ਬਾਰੇ ਆਪਾਂ ਜੋ ਉਹਨਾਂ ਦੇ ਜੋ ਹੈਲਥ ਦੇ ਉੱਤੇ ਜੋ ਉਹਨਾਂ ਦਾ ਬੁਰਾ ਪ੍ਰਭਾਵ ਹੈ ਉਹਦੇ ਬਾਰੇ ਇਹਦੇ 'ਚ ਡਿਟੇਲ ਦੇ ਵਿੱਚ ਪਤਾ ਚਰਚਾ ਕਰਾਂਗੇ ਬਈ ਡਰੱਗ ਐਲਕੋਹਲ ਅਤੇ ਸਮੋਕਿੰਗ ਸਾਡੀ ਸਿਹਤ ਨੂੰ ਕਿਵੇਂ ਖਰਾਬ ਕਰਦੇ ਹਨ ਅਤੇ ਨੈਕਸਟ ਇਹਦੇ ਵਿੱਚ ਓਬੈਸਿਟੀ ਐਂਡ ਸਟ੍ਰੈਸ ਐਂਡ ਡਿਪਰੈਸ਼ਨ ਮੋਟਾਪਾ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਹੈ ਮੋਰ ਦੈਨ ਯੂ ਨੋ 49% ਪੀਪਲ ਆਰ ਲਿਵਿੰਗ ਇਨ ਇੰਡੀਆ ਆਫ ਟੋਟਲ ਵਰਲਡ ਪਾਪੂਲੇਸ਼ਨ ਵਿਚ ਇਜ਼ ਕੰਸਿਡਰ ਐਜ ਡਾਇਬਿਟਿਕ ਜਿੰਨੇ ਡਾਇਬਿਟਿਕ ਹੈਗੇ ਨੇ ਪੂਰੀ ਦੁਨੀਆ ਦੇ ਉਹਦੇ 49% ਸਿਰਫ ਭਾਰਤ 'ਚ ਰਹਿੰਦੇ ਨੇ ਅਤੇ ਉਹਦਾ ਮੇਨ ਕਾਰਨ ਮੋਟਾਪਾ ਹੈ ਤੁਹਾਡੇ ਸੈਡੈਂਟਰੀ ਲਾਈਫ ਸਟਾਈਲ ਹੈ ਉਹਦੇ ਬਾਰੇ ਆਪਾਂ ਡਿਟੇਲ 'ਚ ਚਰਚਾ ਕਰਾਂਗੇ ਇਹਦੇ 'ਚ ਤੁਹਾਡੀ ਸਟ੍ਰੈਸ ਅਤੇ ਡਿਪਰੈਸ਼ਨ ਜੋ ਅੱਜ ਕੱਲ੍ਹ ਦਾ ਆਪਣਾ ਸੋਸ਼ਲ ਸੈਟਅਪ ਆ ਉਹਨੂੰ ਉਹਦੇ ਵਿੱਚ ਬੜੀ ਸਟ੍ਰੈਸਫੁੱਲ ਲਾਈਫ ਆ ਠੀਕ ਆ ਅਸੀਂ ਥਰੂ ਐਕਸਰਸਾਈਜ਼ ਕਿਵੇਂ ਇਸ ਤੋਂ ਆਪਣਾ ਨਿਜ਼ਾਦ ਪਾ ਸਕਦੇ ਹਾਂ ਉਸ ਦੇ ਬਾਰੇ ਇਹਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਚਰਚਾ ਕਰਾਂਗੇ। ਨੈਕਸਟ ਜਿਹੜਾ ਤੁਹਾਡਾ ਟੋਪਿਕ ਆ ਰਿਹਾ ਡੈਟ ਇਜ਼ ਯੂਅਰ ਕਮਿਊਨੀਕੇਬਲ ਡਿਜ਼ੀਜ਼ ਅਤੇ ਜਿਹੜੀ ਹੁਣ ਬਿਮਾਰੀ ਪੂਰੀ ਦੁਨੀਆ ਨੂੰ ਕਾਬਜ਼ ਕਰੀ ਬੈਠੀ ਹੈ ਡੈਟ ਇਜ਼ ਕੋਵਿਡ-19 ਇਹ ਇਸੇ ਕਮਿਊਨੀਕੇਬਲ ਡਿਜ਼ੀਜ਼ ਦੇ ਅੰਦਰ ਆਉਂਦੀ ਆ ਇਹਦੇ ਵਿੱਚ ਆਪਣੀ ਜਿਹੜਾ ਚਰਚਾ ਦਾ ਵਿਸ਼ਾ ਹੋਵੇਗਾ ਮੋਡ ਆਫ ਟ੍ਰਾਂਸਮਿਸ਼ਨ ਕਾਮਨ ਸਿਮਟਮਸ ਪ੍ਰੀਵੈਂਸ਼ਨ ਸਪੈਡ ਆਫ ਏਡਸ ਹੈਪੇਟਾਈਟਸ ABC ਚਿਕਨ ਪੋਕਸ ਐਂਡ ਟਾਈਫਾਇਡ ਠੀਕ ਹੈ ਜੀ ਜਿੰਨੀਆਂ ਛੂਤ ਦੀਆਂ ਬਿਮਾਰੀਆਂ ਨੇ ਉਹਦੇ 'ਚ 4-5 ਬਿਮਾਰੀਆਂ ਤੁਹਾਡੇ ਸਿਲੇਬਸ ਦੇ ਵਿੱਚ ਹੈਗੀਆਂ ਉਹਦੇ ਵਿੱਚ ਆਪਾਂ ਡਿਟੇਲ 'ਚ ਜਾਣਾਂਗੇ ਵੀ ਇਹਨਾਂ ਦਾ ਮੋਡ ਆਫ ਟ੍ਰਾਂਸਮਿਸ਼ਨ ਕੀ ਹੈ ਜਿਵੇਂ ਤੁਹਾਨੂੰ ਦੱਸਿਆ ਹੀ ਆ ਵੀ ਜਿਹੜੀ ਇਹ ਕੋਵਿਡ-19 ਹੈ ਉਹ ਏਅਰ ਟੂ ਏਅਰ ਕਹਿੰਦੇ ਵੀ ਬਹੁਤ ਘੱਟ ਫੈਲਦੀ ਆ ਅਬਲਾ ਫੈਲਦੀ ਨਹੀਂ ਜ਼ਿਆਦਾਤਰ ਇਹਦਾ ਮੋਡ ਆਫ ਟ੍ਰਾਂਸਮਿਸ਼ਨ ਜਿਹੜਾ ਹੈ ਉਹ ਸਰਫੇਸ ਆ ਠੀਕ ਹੈ ਨਾ ਹੈਂਡ ਨੇ ਜਿਹਨਾਂ ਕਰਕੇ ਇਹ ਆਪਾਂ ਜਿਹੜੀਆਂ ਇਹ ਡਿਜ਼ੀਜ਼ ਆ ਉਹਨੂੰ ਆਪਾਂ ਅਡੈਪਟ ਕਰਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਇਹਦੇ 'ਚ ਆ ਜਾਣੀਆਂ ਤੁਹਾਡੀਆਂ ਕਮਿਊਨੀਕੇਬਲ ਡਿਜ਼ੀਜ਼ ਦੇ ਨੈਕਸਟ ਜਿਹੜਾ ਤੁਹਾਡਾ ਯੂਨਿਟ ਹੈ ਡੈਟ ਇਜ਼ ਯੂਨਿਟ 3 ਇਟ ਕੰਸਰਨ ਅਬਾਊਟ ਦਾ ਫਸਟ ਏਡ ਪੋਸਚਰ ਐਂਡ ਯੋਗਾ ਐਜ ਯੂ ਆਲ ਨੋ ਡੈਟ ਫਸਟ ਏਡ ਇਜ਼ ਅ ਵੈਰੀ ਅਸੈਂਸ਼ੀਅਲ ਥਿੰਗ ਡੈਟ ਐਵਰੀਵਨ ਹੈਵ ਟੂ ਲਰਨ ਯੂ ਨੋ ਫਸਟ ਏਡ ਦਾ ਇਹ ਮਹੱਤਤਾ ਬੀਂਗ ਏ ਟੀਚਰ ਤੁਹਾਨੂੰ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਸਕੂਲਾਂ 'ਚ ਜਾਂਦੇ ਹਾਂ ਤਾਂ ਬੱਚਿਆਂ ਨੂੰ ਆਮ ਤੌਰ 'ਤੇ ਜੇ ਕੋਈ ਛੋਟੀ ਮੋਟੀ ਪ੍ਰੋਬਲਮ ਆ ਜਾਂਦੀ ਆ ਹੈਲਥ ਰਿਲੇਟਡ ਜਾਂ ਕਿਤੇ ਖੇਡ ਜਾਂ ਸੱਟ ਲੱਗ ਜਾਂਦੀ ਆ ਤਾਂ ਅਸੀਂ ਫਸਟ ਏਡ ਫੈਸਿਲਿਟੀਜ਼ ਨੂੰ ਕਿਵੇਂ ਯੂਟੀਲਾਈਜ਼ ਕਰਨਾ ਇਹਦੇ ਬਾਰੇ ਇਹਦੇ 'ਚ ਦੱਸਿਆ ਜਾਂਦਾ ਅਤੇ ਫਸਟ ਏਡ ਹੁੰਦੀ ਕੀ ਆ ਇਹਦੇ ਕੀ ਮੈਥਡ ਨੇ ਬੇਸਿਕ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਕੰਸੈਪਟ ਨੀਡ ਐਂਡ ਇੰਪੋਰਟੈਂਟ ਪ੍ਰਿੰਸੀਪਲ ਆਫ ਫਸਟ ਏਡ ਕਿੱਟ ਇਹ ਫਸਟ ਏਡ ਕਿੱਟ ਕਿਵੇਂ ਬਣਾਉਣੀ ਹੈ ਕਿਵੇਂ ਇਹਦੇ ਹੋਣਾ ਚਾਹੀਦਾ ਸਾਰਾ ਇਹਦੇ ਵਿੱਚ ਡਿਟੇਲ ਦੇ ਵਿੱਚ ਦਿੱਤਾ ਹੋਇਆ ਉਹਦੇ ਬਾਰੇ ਆਪਾਂ ਪੜਾਂਗੇ ਠੀਕ ਹੈ ਨਾ ਨੈਕਸਟ ਇਜ਼ ਯੂਅਰ ਪੋਸਚਰ ਦੇਖੋ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਟੋਪਿਕ ਪੋਸਚਰ ਕਿਉਂਕਿ ਜਿੰਨੀਆਂ ਤੁਸੀਂ ਸਮਾਜ ਦੇ ਵਿੱਚ ਤੁਹਾਡੇ ਆਪਦੇ ਘਰੇ ਵੀ ਜਾਂ ਆਂਢ ਗੁਆਂਢ ਤੁਸੀਂ ਦੇਖਦੇ ਹੋ ਜਿੰਨੀਆਂ ਸਮੱਸਿਆਵਾਂ ਆਉਂਦੀਆਂ ਨੇ ਸਰਵਾਈਕਲ ਦੀਆਂ ਕਿਸੇ ਨੂੰ ਬੈਕ ਏਕ ਹੋ ਰਹੀ ਆ ਨੀਂਹ ਦੇ ਵਿੱਚ ਪੇਨ ਆ ਉਹ ਸਾਰੀਆਂ ਇਟ ਇਜ਼ ਆਲ ਡਿਊ ਟੂ ਬੈਡ ਪੋਸਚਰ ਇਹ ਪੋਸਚਰ ਬਾਰੇ ਸਾਰੀ ਡਿਟੇਲ ਦੇ ਵਿੱਚ ਅਸੀਂ ਸਮਝਾਂਗੇ ਇੰਪੋਰਟੈਂਟ ਵਟ ਇਜ਼ ਦੀ ਇੰਪੋਰਟੈਂਸ ਆਫ ਪੋਸਚਰ ਕਾਮਨ ਪੋਸਚਰਲ ਡਿਫੋਰਮਿਟੀਜ਼ ਐਂਡ ਕੌਜ਼ਿਜ਼ ਐਂਡ ਹਾਊ ਕੈਨ ਵੀ ਪ੍ਰੀਵੈਂਟ ਦੀ ਪੋਸਚਰ ਯੂ ਨੋ ਦਾ ਰੈਮੀਡੀਅਲ ਟੈਕਨੀਕਸ ਐਂਡ ਆਲ ਇਹ ਸਾਰੀਆਂ ਇਹਦੇ ਵਿੱਚ ਡਿਟੇਲ 'ਚ ਆਉਣਗੀਆਂ ਨੈਕਸਟ ਜਿਹੜਾ ਤੁਹਾਡਾ ਟੋਪਿਕ ਹੈ ਡੈਟ ਇਜ਼ ਯੂਅਰ ਯੋਗਾ ਯੋਗਾ ਐਜ਼ ਯੂ ਆਲ ਨੋ ਵੀ ਇਹ ਬਹੁਤ ਇੱਕ ਪੁਰਾਣੀ ਆਪਣੀ ਪੱਧਤੀ ਹੈ ਐਕਸਰਸਾਈਜ਼ ਦੀ ਜਿਹਦੇ ਵਿੱਚ ਆਪਾਂ ਪੜ੍ਹਾਂਗੇ ਦਾ ਕੰਸੈਪਟ ਟਾਈਪਸ ਨੀਡ ਐਂਡ ਇੰਪੋਰਟੈਂਸ ਬੈਨੀਫਿਟ ਆਫ ਸਪੈਸੀਫਿਕ ਯੋਗਾ ਆਸਨਾਸ ਵਿਦ ਦੇਅਰ ਟੈਕਨੀਕਸ ਸੂਰਯ ਨਮਸਕਾਰ ਤਾੜ ਆਸਨਾਸ ਪਦਮ ਆਸਨਾਸ ਚੱਕਰ ਆਸਨਾਸ ਧਨੁਰ ਆਸਨਾਸ ਇਹ ਸਾਰੇ ਆਸਨ ਨੇ
ਯੋਗਾ ਦੇ ਵਿੱਚ ਪ੍ਰਾਣਾਯਾਮ ਵੀ ਆਉਂਦਾ, ਆਸਨ ਵੀ ਆਉਂਦੇ ਨੇ, ਠੀਕ ਹੈ, ਨੀਤੀਆਂ ਵੀ ਆਉਂਦੀਆਂ ਉਹਦੇ ਬਾਰੇ, ਯੋਗਾ ਬਾਰੇ ਜਿਹੜੀ ਹੈ ਡਿਟੇਲ ਤੁਹਾਨੂੰ ਸਾਰੀ ਇਸ ਯੂਨਿਟ ਦੇ ਵਿੱਚ ਦੱਸੀ ਜਾਊਗੀ। ਐਂਡ ਦ ਲਾਸਟ ਵਨ ਇਜ਼ ਯੂਅਰ ਲੇਆਊਟ ਆਫ ਗਰਾਊਂਡਸ ਐਂਡ ਅਥਲੈਟਿਕ ਮੀਟ। ਤਾਂ ਤੁਹਾਨੂੰ ਪਤਾ ਹੀ ਹੈ ਵੀ ਸਕੂਲਸ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਟੀਚਰਸ ਦੀ ਘਾਟ ਹੋਣ ਕਰਕੇ ਕਈ ਵਾਰ ਸਬਜੈਕਟ ਟੀਚਰ ਦੀ ਡਿਊਟੀ ਲੱਗ ਜਾਂਦੀ ਆ ਵੀ ਸਪੋਰਟਸ ਦੇ ਜਿਹੜੇ ਈਵੈਂਟ ਨੇ ਜਾਂ ਕੰਪੀਟੀਸ਼ਨ ਨੇ ਉਹਨਾਂ ਨੂੰ ਕੰਡਕਟ ਕਰਵਾਉਣ ਲਈ। ਤਾਂ ਇਹ ਜਿਹੜਾ ਯੂਨਿਟ ਆ ਇਹ ਤੁਹਾਨੂੰ ਦੱਸੂਗਾ ਵੀ ਆਪਾਂ ਰੀਕ੍ਰੀਏਸ਼ਨ ਐਕਟੀਵਿਟੀਜ਼ ਕਿਵੇਂ ਕਰਾਉਣੀਆਂ। ਦੇਰ ਆਰ ਮੈਨੀ ਮੀਨਸ ਐਂਡ ਮੈਥਡ ਇਨ ਫੀਲਡ ਆਫ ਫਿਜ਼ੀਕਲ ਐਜੂਕੇਸ਼ਨ ਜਿਨ੍ਹਾਂ ਦੇ ਵਿੱਚ ਮਾਈਨਰ ਗੇਮਜ਼ ਆ ਜਾਂਦੀਆਂ ਨੇ। ਰੀਕ੍ਰੀਏਸ਼ਨ ਬੇਸਿਕਲੀ ਹੁੰਦਾ ਕੀ ਆ, ਉਹਨਾਂ ਨੂੰ ਸਕੂਲ ਹੈਲਥ ਕਰੀਕੁਲਮ ਦੇ ਵਿੱਚ ਜਾਂ ਪ੍ਰੋਗਰਾਮ ਦੇ ਵਿੱਚ ਅਸੀਂ ਕਿਵੇਂ ਸ਼ਾਮਿਲ ਕਰਨਾ, ਕੰਸੈਪਟ ਇੰਪੋਰਟੈਂਸ ਉਹ ਸਾਰਾ ਇਹਦੇ ਵਿੱਚ ਆਪਾਂ ਦੱਸ ਦਾਂਗੇ ਵੀ ਬੱਚਾ ਜਿਹੜਾ ਹੈ ਰੀਕ੍ਰੀਏਸ਼ਨਲ ਐਕਟੀਵਿਟੀਜ਼ ਨੂੰ ਕਿਵੇਂ ਕਰੇਗਾ। ਦ ਨੈਕਸਟ ਇਜ਼ ਯੂਅਰ ਲੇਆਊਟ ਆਫ ਗਰਾਊਂਡਸ ਵਿਦ ਰੂਲਸ ਐਂਡ ਰੈਗੂਲੇਸ਼ਨ ਆਫ ਦ ਫੋਲੋਇੰਗ ਗੇਮਸ। ਕੁਛ ਗੇਮਸ ਨੇ ਉਹਨਾਂ ਦੀਆਂ ਜਿਹੜੀਆਂ ਫੀਲਡ ਦੀਆਂ ਲੇਆਊਟ ਆ ਉਹਦੇ ਬਾਰੇ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ, ਜਿਹਦੇ ਵਿੱਚ ਬੈਡਮਿੰਟਨ, ਵਾਲੀਬਾਲ ਅਤੇ ਖੋ ਖੋ ਮੇਨ ਇਹ ਤੁਹਾਡੇ ਸਿਲੇਬਸ ਦੇ ਵਿੱਚ ਆਈਆਂ ਹੋਈਆਂ ਨੇ। ਦ ਲਾਸਟ ਟੋਪਿਕ ਆਫ ਫੋਰਥ ਯੂਨਿਟ ਇਜ਼ ਅਥਲੈਟਿਕ ਮੀਟ। ਇਹ ਬੜਾ ਹੀ ਇੰਪੋਰਟੈਂਟ ਟੋਪਿਕ ਹੈ ਕਿਉਂਕਿ ਇਸ ਦੇ ਵਿੱਚ ਅਸੀਂ ਕੋਈ ਵੀ ਅਥਲੈਟਿਕ ਮੀਟ ਜਿਹੜੀ ਕੰਡਕਟ ਕਰਾਉਣੀ ਹੈ ਉਹਦੇ ਲਈ ਕੀ ਕੀ ਹੋਣਾ ਚਾਹੀਦਾ, ਕੀ ਕੀ ਸਾਡੀਆਂ ਰਿਕੁਆਇਰਮੈਂਟਸ ਨੇ ਸਪੋਰਟਸ ਡੇ ਦੀਆਂ, ਨੀਡ ਐਂਡ ਇੰਪੋਰਟੈਂਸ ਕੀ ਆ, ਉਹਦੀ ਜ਼ਰੂਰਤ ਕਿਉਂ ਆ, ਠੀਕ ਹੈ ਨਾ ਜੀ। ਔਰਗਨਾਈਜੇਸ਼ਨ ਆਫ ਅਥਲੈਟਿਕ ਮੀਟ ਐਟ ਸਕੂਲ ਲੈਵਲ, ਸਕੂਲ ਲੈਵਲ ਦੇ ਵਿੱਚ ਜੇ ਸਪੋਰਟਸ ਮੀਟ ਕਰਾਉਣੀ ਪੈ ਜੇ ਤਾਂ ਉਹ ਅਸੀਂ ਕਿਵੇਂ ਕਰਵਾਉਣੀ ਹੈ, ਇਹ ਸਾਰਾ ਕੁਛ ਇਹਦੇ 'ਚ ਦਿੱਤਾ ਹੋਇਆ। ਨੈਕਸਟ ਤੁਹਾਡਾ ਜਿਹੜਾ ਪ੍ਰੈਕਟੀਕਲ ਪਾਰਟ ਦੇ ਵਿੱਚ ਆ ਉਹ ਹੈ ਤੁਹਾਡਾ BMI, ਹਾਊ ਟੂ ਕੈਲਕੂਲੇਟ ਦਾ BMI, ਬੋਡੀ ਮਾਸ ਇੰਡੈਕ ਹੁੰਦਾ ਹੈ ਜੀ। ਇਹ ਤੁਹਾਡੇ ਸਿਲੇਬਸ ਦੇ ਵਿੱਚ 5% ਦਾ ਤੁਹਾਨੂੰ ਲੈਣ ਨੂੰ ਕਿਹਾ ਗਿਆ ਅਤੇ ਉਹਦੀ ਆਪਾਂ ਰਿਪੋਰਟ ਵੀ ਤਿਆਰ ਕਰਨੀ ਆ। BMI ਬੜਾ ਆਸਾਨ ਆ ਜੀ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਜਦੋਂ ਆਪਣੇ ਕਾਲਜ ਖੁੱਲ੍ਹ ਗਏ ਤਾਂ ਤੁਹਾਨੂੰ ਆ ਕੇ ਦੱਸ ਦਿਆਂਗੇ ਵੀ ਉਹਦਾ ਕੀ ਫਾਰਮੂਲਾ ਕਿਵੇਂ ਆਪਾਂ ਲੈ ਸਕਦੇ ਹਾਂ। ਉਸ ਦੇ ਨਾਲ ਹੀ ਤੁਹਾਡੇ ਜਿਹੜੇ ਪ੍ਰੈਕਟੀਕਲ ਪਾਰਟ ਦੇ ਵਿੱਚ ਹੋਰ ਆ ਜਾਂਦਾ 3 ਯੋਗਾ ਆਸਨਾਂ ਦੀ ਆਪਾਂ ਪ੍ਰੈਕਟਿਸ ਕਰਨੀ ਤੁਹਾਨੂੰ ਆਉਣੇ ਚਾਹੀਦੇ ਹਨ। ਅਤੇ ਲਾਸਟ ਦੇ ਵਿੱਚ 3 ਟਾਈਪਸ ਆਫ ਸਪੋਰਟਸ ਗਰਾਊਂਡ ਜਿਹੜੀਆਂ ਤੁਹਾਡੇ ਸਿਲੇਬਸ 'ਚ ਨੇ ਜਾਂ ਤੁਸੀਂ ਕਿਵੇਂ ਉਹਨਾਂ ਨੂੰ ਬਣਾਉਣਾ, ਕਿਵੇਂ ਉਹਨਾਂ ਨੂੰ ਮੈਨੇਜ ਕਰਨਾ, ਕੀ ਕੀ ਤੁਹਾਡੇ ਉਹਦੇ ਲਈ ਇਕਿਉਪਮੈਂਟ ਦੀ ਜ਼ਰੂਰਤ ਆ, ਉਹ ਸਾਰਿਆਂ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ। ਤਾਂ ਹੋਪ ਤੁਸੀਂ ਇਹ ਸਾਰੀ ਜਿਹੜੀ ਜਾਣਕਾਰੀ ਹੈ ਸਮਝ ਗਏ ਹੋਵੋਗੇ। ਐਂਡ ਵੈਰੀ ਸੂਨ ਵੀ ਵਿਲ ਮੀਟ, ਐਂਡ ਉਹ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਵੀ ਜਿਹੜੀ ਇਹ ਨਾਮਵਾਦ ਬਿਮਾਰੀ COVID-19 ਕਰੋਨਾ ਵਾਇਰਸ ਦੀ ਪੂਰੀ ਦੁਨੀਆ ਦੇ ਵਿੱਚ ਫੈਲੀ ਆ, ਪਰਮਾਤਮਾ ਸਭ ਨੂੰ ਉਸ ਤੋਂ ਬਚਾਵੇ ਅਤੇ ਜਲਦੀ ਤੋਂ ਜਲਦੀ ਜਿਹੜਾ ਆਪਾਂ ਸਾਰੇ ਬੈਕ ਔਨ ਟਰੈਕ ਹੋਈਏ ਅਤੇ ਆਪਣੇ ਜਿਹੜੇ ਕੰਮ ਕਾਰ ਆ ਉਹਨਾਂ ਦੇ ਵਿੱਚ ਅੱਗੇ ਆਈਏ। ਅਤੇ ਸਤਿ ਸ਼੍ਰੀ ਅਕਾਲ, ਬਹੁਤ ਛੇਤੀ ਮਿਲਦੇ ਹਾਂ ਜੀ। ਜੇ ਕਿਸੇ ਨੂੰ ਕੋਈ ਕੁਐਰੀ ਹੈ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ, ਸੋ ਮਚ।